ਅਸਲਾਮੁਅਲੈਕਮ ਜੀ ਹੋਰ ਮੰਨੋ ਹੋਰ ਮੰਨੋ ਇਹਨਾਂ ਮੁਫਤੀ ਸਾਹਿਬ ਹੋਰਾਂ ਦੀ ਹੋਰ ਮੰਨੋ ਸਰਕਾਰ ਸੁਣ ਲੋ ਕਿ ਆਖਰ ਹੋਇਆ ਕੀ ਇਹ ਬੜੇ ਆਂਦੇ ਹੁੰਦੇ ਸੀ ਚਾਰ ਵਿਆਹ ਕਰੋ ਚਾਰ ਵਿਆਹ ਕਰੋ ਹਰ ਬੰਦੇ ਨੂੰ ਉਹ ਪਿੱਛੇ ਨਾ ਹਟਿਓ ਮੈਂ ਵੀ ਚਾਰ ਕੀਤਾ ਜੇ ਤੁਸੀਂ ਵੀ ਚਾਰ ਕਰੋ ਭਾਈ ਚਾਰ ਜਿਹੜੇ ਨੇ ਨਾ ਉਹ ਕਿਸੇ ਮਜਬੂਰੀ ਦੇ ਤਹਿਤ ਇਸਲਾਮ ਵਿੱਚ ਜਾਇਜ਼ ਨਹੀਂ ਸ਼ੌਕ ਨਾਲ ਨਹੀਂ ਕਿ ਤੁਸੀਂ ਕਰੀ ਜੋ ਹੁਕਮ ਨਹੀਂ ਹੈ ਇਹਦੇ ਉੱਤੇ ਫਰਜ਼ ਨਹੀਂ ਹੈ ਠੀਕ ਹੈ ਨਾ ਜੀ ਤੇ ਸੁਣ ਲੋ ਕਿ ਆਖਰ ਹੋਇਆ ਕੀ ਇਸ ਬੰਦੇ ਦੀ ਮਨ ਮੰਨ ਕੇ ਨਾ ਦੀਆਂ ਵੀਡੀਓ ਵੇਖ ਹਰ ਬੰਦਾ ਨਾ ਪਾਈ ਵੇਖਣ ਲੱਗ ਪਿਆ ਕਰੋ ਇਹਦੀ ਨਾ ਮੰਨੋ ਸੁਣ ਲੋ ਕਿ ਇੱਕ ਵਾਕਏ ਇੱਕ ਵਾਕਿਆ ਕੀ ਹੋਇਆ ਕਿ ਮੁੰਡੇ ਨੇ ਇਹਦੀ ਮੰਨ ਲਈ ਤੇ ਮੁੜ ਕੇ ਕੀ ਫਿਰ ਉਹ ਸਮਾਨ ਸਮੂਹ ਜਿਹੜਾ ਨਾ ਉਹ ਅਗਲੀ ਜਨਾਨੀ ਜਿਹੜੀ ਹੈ ਨਾ ਪਹਿਲੀ ਉਹ ਲੈ ਗਈ ਲਾਕ ਬਾਵਲ ਨਗਰ ਦਾ ਮੁੰਡਾ ਜੀ ਆ ਜਿਨੇ ਪਹਿਲੇ ਵਿਆਹ ਕੀਤਾ ਸੀ ਅਰਫ ਵਾਲਾ ਵਿੱਚ ਜਿਹਦੇ ਕਿ ਉਹਦੇ ਵਿੱਚੋਂ ਬੱਚੇ ਵੀ ਹੈ ਸਨ ਹੁਣ ਇਹਨੂੰ ਵੀ ਸ਼ੌਂਕ ਜਿਹੜੇ ਆਸਨਾ ਦੀਆਂ ਵੀਡੀਓ ਮੌਲਵੀਆਂ ਦੇ ਵੰਦਾ ਰਿਆ ਕਿ ਬਹੁਤੇ ਵਿਆਹ ਕਰੋ ਚਾਰ ਵਿਆਹ ਕਰੋ ਹੈ ਲਿਹਾਜ਼ਾ ਬਗੈਰ ਪਹਿਲੀ ਨੂੰ ਪੁੱਛਣ ਗਿਛਣ ਤੋਂ ਹੀ ਨਾ ਦੂਜਾ ਵਿਆਹ ਖੜਕਾ ਲਿਆ ਦਿਪਾਲਪੁਰ ਵਿੱਚ ਪਹਿਲੇ ਨੰਬਰ ਤੇ ਇਹ ਦੇ ਕਿ ਆਂਧਨੇ ਕੇ بیوی ਨੂੰ ਪਹਿਲੀ ਨੂੰ ਜਿਹੜਾ ਨਾ ਉਹ ਦਿਨ ਰਾਜ਼ੀ ਨਾਵਾ ਕਰਕੇ ਨਾ ਉਦੀ ਇਜਾਜ਼ਤ ਨਾਲ ਵਿਆਹ ਕਰਨਾ ਚਾਹੀਦਾ ਹੈ ਇੱਕ ਦੂਜੇ ਨੰਬਰ ਤੋਂ ਹੁਣ ਇੱਕ ਕਾਨੂੰਨ ਪਾਕਿਸਤਾਨ ਚ ਆਜਿਆ ਪਾਸ ਹੋ ਗਿਆ ਹੈ ਕਿ ਤੁਸੀਂ ਪਹਿਲੀ ਬੀਵੀ ਜਿਹੜੀ ਹੈ ਨਾ ਉਹਦੇ ਕੋਲੋਂ ਬਕਾਇਦਾ ਇੱਕ ਕੀ ਕਹਿੰਦੇ ਨੇ ਫਾਰਮ ਹੁੰਦਾ ਉਹ ਫਿਲ ਕਰਨਾ ਪੈਂਦਾ ਹੈ ਇਜਾਜ਼ਤ ਦਾ ਉਹਦੇ ਅੰਗੂਠੇ ਉਹਦਾ ਸਾਈ ਉਹਦੇ ਸਾਈਨ ਹੋਣੇ ਸਾਰਾ ਕੁਝ ਹੋਣਾ ਰਾਜ਼ੀ ਖੁਸ਼ੀ ਹੋਣੇ ਜਦੋਂ ਆਖਣਾ ਹੈ ਨਾ ਕਿ ਤੂੰ ਕਰ ਲੈ ਜਾ ਕੇ ਤੇ ਠੀਕ ਹੈ ਫਿਰ ਕਰ ਲਓ ਹੁਣ ਇਸ ਬੰਦੇ ਨੇ ਕੀ ਕੀਤਾ ਕਿ ਚੁੱਪਚੀ ਪੀਤੇ ਚੋਰੀ ਛੁਪੇ ਨਾ 4 ਮਹੀਨੇ ਤੱਕ ਦੀਪਾਲਪੁਰ ਦੀ ਕੁੜੀ ਨਾਲ ਵਿਆਹ ਕਰਕੇ ਤੇ ਲੋਕਾਈ ਰੱਖਿਆ ਤੇ ਗਾਇਬ ਹੋ ਗਿਆ ਆਪ ਵੀ ਬੀਬੀ ਬੱਚੇ ਛੱਡ ਕੇ ਹੁਣ ਜਨਾਨੀ ਉਹਦੀ ਵਿੰਦੀ ਰਹੀ ਪਈ ਕਿੱਧਰ ਦਫਾ ਹੋ ਗਿਆ ਬਈ ਲਿਖਾਦਾ ਜਦੋਂ 4 ਮਹੀਨੇ ਬਾਅਦ ਪਰਤ ਕੇ ਪਰਤਿਆ ਪਹਿਲੀ ਤੋਂ ਕੁਝ ਥੋੜਾ ਜਿਹਾ ਦਿਲ ਭਰਿਆ ਉਹਨੇ ਕਿਹਾ ਹੁਣ ਮੈਂ ਪਹਿਲੀ ਬੀਬੀ ਬੱਚਿਆਂ ਦਾ ਵੀ ਆਪਣਾ ਜਰਾ ਨਾ ਕੋ ਖੈਰ ਖਬਰ ਲੈ ਲਾਂ ਜਾ ਕੇ ਇਹ ਆਦਾ ਪੜ ਪਿਆ ਚਲੋ رابطہ ਉਹਨੇ ਕਿਹਾ ਤੂੰ ਮੇਰੇ ਸਿਰ ਦਾ ਤਾਜ ਐ ਸਾਈਂ ਐ ਤੂੰ ਆ ਜਾ ਵਾਪਸ ਚਲੋ ਜੀ ਉਹ ਬੰਦਾ ਜਿਹੜਾ ਨਾ ਵਾਪਸ ਮੁੜਦਾ ਜਾਂਦਾ ਉਹ ਬੜੇ ਜਨਾਬ ਵਾਲੀ ਵਧੀਆ ਖਾਣੇ ਮਾਣੇ ਹਰ ਸ਼ੈ ਮੈਂ ਕਹਿੰਨਾ ਓਕੇ ਕਰ ਦਿੰਦੀ ਐ ਬੰਦਾ ਹੈਰਾਨ ਹੁੰਦਾ ਕਿ ਇਹ ਕੀ ਬਣਨ ਡਿਆ ਹੈ ਕਿਤੇ ਚਾਹਾਂ ਪੇਸ਼ ਹੋ ਰਹੀਆਂ ਨੇ ਕਿਤੇ ਹਲਵੇ ਬਣ ਕੇ ਆ ਰਹੇ ਨੇ ਕਿਤੇ ਜਨਾਬ ਵਾਲੀ ਤੰਬੂੜੀ ਰੰਗੇ ਚੌਲ ਆ ਰਹੇ ਨੇ ਕਿਤੇ ਨਾਨ ਗੋਸ਼ਤ ਮੈਂ ਕਹਿੰਨਾ ਐਸ ਤਰ੍ਹਾਂ ਜਿਵੇਂ ਵਿਆਹ ਵਾਲਾ ਮਾਹੌਲ ਉਹਨੇ ਕਰ ਲਿਆ ਸੀ ਆਪ ਹੀ ਉਹ ਬਣ ਸੰਵਰ ਕੇ ਨਾ ਤਿਆਰ ਮਿਆਰ ਕਿਤਾ ਕੇ ਬੰਦਾ ਜਿਹੜਾ ਨਾ ਉਹਦੇ ਤੇ ਉਹ ਰਾਜ਼ੀ ਹੋਏ ਕਿ ਠੀਕ ਕੰਮ ਕੀਤਾ ਬਈ ਨੇ ਇਹ ਤਾਂ ਮੇਰੀ ਮੁਹੱਬਤ ਜੀ ਮਰਦੀ ਜਾਣ ਲਈ ਸੀ ਲੇਕਿਨ ਬਾਦੋਂ ਪਤਾ ਲੱਗਿਆ ਜਦੋਂ ਚੀਜ਼ਾਂ ਉਹਨੇ ਖਾਧੀਆਂ ਤੇ ਉਹ ਬਿਹੋਸ਼ ਹੋ ਗਿਆ ਹੁਣ ਜਦੋਂ ਬਿਹੋਸ਼ ਹੁੰਦਾ ਉਸ ਬੀਬੀ ਨੇ ਕੀ ਕੀਤਾ ਕਿ ਉਹਦਾ ਜਨਾਬ ਉਹ ਜਿਹੜਾ ਸੀ ਨਾ ਆਪਣਾ ਅਸਲਾ ਉਹ ਲਾ ਲਿਆ ਮੈਂ ਹੁਣ ਉਸ ਤਰ੍ਹਾਂ ਦੇ ਲਫ਼ਜ਼ ਕੀ ਬੰਦਾ ਇਸਤੇਮਾਲ ਕਰੇ ਕਿ ਇਨਕੇ ਅਜ਼ਾਏ ਮਖਸੂਸ ਜਿਹੜੇ ਨਾ ਉਹਨੇ ਕੱਟ ਲਏ ਕੱਟ ਕੇ ਉਹਨੇ ਛਾਪਰ ਚ ਪਾਏ ਨਾ ਤੇ ਲੈ ਕੇ ਤੁਰ ਗਈ ਹੁਣ ਇਹ ਐਫ ਆਈ ਆਰ ਦੀ ਕਾਪੀ ਜਿਹੜਾ ਖੁਦ ਨੇ ਐਫ ਆਈ ਆਰ ਦਿੱਤੀ ਹੈ ਜਦੋਂ ਕਿ ਉਹ ਥੋੜਾ ਜਿਹਾ ਹੋਸ਼ ਵਿੱਚ ਆਇਆ ਉਹ ਕੋ ਨਸ਼ਾ ਪਤਾ ਜਰਾ ਲੱਥਾ ਤੇ ਥਾਣੇ ਆਪੜਿਆ ਉਹਨੇ ਜਾ ਕੇ ਆਖਿਆ ਜੀ ਇਹ ਮੇਰੀ ਜਨਾਨੀ ਨੇ ਨਾ ਪਹਿਲੀ ਨੇ ਮੇਰੇ ਨਾਲ ਇਹ ਕੰਮ ਕੀਤਾ ਮੈਂ ਬਾਵਲ ਨਾ ਕਰਦਾ ਰਹਿਣ ਵਾਲਾ ਇਹ ਮੇਰੀ ਪਹਿਲੀ بیوی ਜਿਹੜੀ ਆਰਫ ਵਾਲੇ ਦੀ ਦੂਜੀ ਜਨਣਾ ਜਿਹੜਾ ਮੈਂ ਵਿਆਹ ਕੀਤਾ ਉਹ ਦਿਪਾਲਪੁਰ ਦੀ ਲਿਹਾਜ਼ਾ ਮੇਰੇ ਨਾਲ ਤੇ ਇਹ ਮਾਮਲਾ ਬਣ ਗਿਆ ਹੁਣ ਇਹਦੇ ਤੇ ਖੈਰ ਹੋਣਾ ਕੀ ਹੈ ਕੀ ਉਹਨੂੰ ਕੋਈ ਸਜ਼ਾ ਮਿਲ ਜਾਈ ਜਨਾਨੀ ਖੈਰ ਜੋ ਵੀ ਕਾਨੂੰਨ ਸਾਡਾ ਕਰ ਰਿਹਾ ਹੈ ਨੇ ਤੇ ਕੰਮ ਦੱਸਣ ਦਾ ਮਕਸਦ ਇਹ ਦੇ ਕੇ ਭਾਈ ਇਹ ਤਾਰਿਕ ਮਸਹੂਦ ਸਾਹਿਬ ਜਿਹੜੇ ਹਨ ਨਾ ਇਹਨਾਂ ਦੀ ਮੰਨ ਕੇ ਤੇ ਇਹਨਾਂ ਦੀਆਂ ਗੱਲਾਂ ਵਿੱਚ ਆ ਕੇ ਇਹਨਾਂ ਚੱਕਰਾਂ ਜਿਦਾਂ ਪਏ ਹੋ ਜੇ ਤੁਸੀਂ ਵਿਆਹ ਕਰਨਾ ਚਾਹੁੰਦੇ ਵੀ ਹੋ ਨਾ ਤੇ ਜਾਇਦ ਤੁਸੀਂ ਕਰ ਸਕਦੇ ਹੋ ਲੇਕਿਨ ਜਿਹੜਾ ਪਾਕਿਸਤਾਨੀ ਕਾਨੂੰਨ ਵਿੱਚ ਹੈ ਨਾ ਕਿ ਤੁਸੀਂ ਪਹਿਲੀ ਨਾਲ ਰਾਜ਼ੀਨਾਮਾ ਕਰਕੇ ਸਾਰਾ ਕੋਈ ਮਾਮਲਾਤ ਨੂੰ ਹੈਂਡਲ ਕਰੋ ਸੈਟਲ ਕਰੋ ਫਿਰ ਤੁਸੀਂ ਤੁਸੀਂ ਕਰ ਲੋ ਕਰ ਕੋ ਮਜਬੂਰੀ ਹੈ ਤੇ ਫਿਰ ਤੁਸੀਂ ਕਰ ਲੋ ਤੇ ਜੇ ਤੁਹਾਡੇ ਪਹਿਲੀ ਤੋਂ ਅਖਰਾਜਤ ਭਾਈ ਪੂਰੇ ਨਹੀਂ ਹੋਣਦੇ ਤੇ ਆਪਣੇ ਚਸਕਿਆਂ ਵਾਸਤੇ ਨਾ ਇਹੋ ਜੇ ਕੰਮ ਨਾ ਕਰੋ ਕਿ ਮੁੜ ਕੇ ਸਾਰੀ ਉਮਰ ਜਿਹੜੇ ਨੇ ਹੱਥ ਲਾਲਾ ਕੇ ਰੋਂਦੇ ਰੋ। ਹਾਂਜੀ ਇਹਤਿਆਤ ਭਾਈ لازਮੀ ਕਰੋ।